चंबा देखिया धर्म
पंजन हार है बाहरा कोटी बदले जाए हीरा हाट बिका कोटी बदले जाए नहीं पाटन नहीं पाटन एक अचंभो देखे हीरा हाट बिकाए नहीं पाटन नहीं पारखू नहीं गाहक नहीं गाहक नहीं मोल अचंभो देखियो नहीं गाहक नहीं मोल शायद आते ऐसी ना हर हीरा हर हीरा जान जौहरी हीरा भी होवे ते जौहरी भी होवे जिड़ा हीरियां दी पछान कर सकदा होवे नहीं ते सतगुरु ने बाणी विच आखे कहन लगे हीरा लाल अमोलक है भारी बिन गाहक हीरा लाल अमोलक है भारी बिन गाहक मीका काखा गाक पर खुनो हुए ਕੱਖਾਂ ਦੇ ਭਾਵ ਵਿਕ ਜਾਂਦਾ ਤੇ ਉਹੋ ਹੀ ਹੀਰਾ ਜੇ ਗੁਰੂ ਦੇਖ ਲੈ ਪਾਰਖੂ ਸਤਿਗੁਰੂ ਅਗਲੀ ਲਾਈਨ ਵਿੱਚ ਆਖਦੇ ਨੇ ਰਤਨ ਗਾਹਕ ਗੁਰ ਸਾਧੂ ਦੇਖੇ हर हीरा गुर का शब्द रतन है हीरे जित जड़ा हर हीरा रतन गाहक गुर साधु देखे तब रतन बिकानो लाखा बिना गाहक तो बिन गाहक मीका काखा गाहक ना होवे परख वाला पहला एक तो कह चुकी है नहीं पटन नहीं पारखू नहीं गाहक नहीं मोल पहला तो ऐसा शहर नहीं जिथे पारखू रेंदे होन हीरियां दी तजारत हुंदी हुंदी हो हीरियां दा व्यापार हुंदा होवे फिर उस शहर विच पारखू गाहक होन ये भी नमुमकिन नहीं पटन नहीं पारखू ते जे भला पारखू कोई होवे भी जानदा भी होवे
ਵੀ ਇਹ ਹੀਰਾ ਹੈ ਅਤੇ ਅਸਲ ਹੀਰਾ ਹੈ, ਪਰ ਉਹ ਲੋੜ ਹੀ ਨਾ ਪ੍ਰਤੀਤ ਕਰੇ। ਮੈਂ ਕੀ ਕਰਨਾ, ਹੀਰਾ ਠੀਕ ਹੈ ਪਰ ਮੈਂ ਕੀ ਕਰਨਾ। ਉਹਨੂੰ ਜ਼ਰੂਰਤ ਨਹੀਂ ਮਹਿਸੂਸ ਹੁੰਦੀ, ਗਾਹਕ ਨਹੀਂ। ਅਤੇ ਜੇ ਕੋਈ ਗਾਹਕ ਵੀ ਹੋਵੇ, ਲੋੜ ਵੀ ਪ੍ਰਤੀਤ ਕਰਦਾ ਹੋਵੇ, ਸੁੱਚਾ ਹੀਰਾ ਖੁਸ਼ਕਿਸਮਤੀ ਨਾਲ ਮਿਲ ਰਿਹਾ, ਲੈ ਲਵਾਂ। ਪਰ ਸੋਚੇ ਇਹਦਾ ਮੁੱਲ ਮੇਰੇ ਕੋਲ ਕੋਈ ਨਹੀਂ, ਇਹ ਦੇਣਾ ਪੈਂਦਾ ਮਨ, ਅਤੇ ਮਨ ਕੋਲ ਤੋਂ ਮੈਂ ਬਾਕੀ ਸਾਰੇ ਕੰਮ ਲੈਣਾ। ਜੇ ਇਹ ਦੇ ਦਿਆਂਗਾ ਤਾਂ ਕੀ ਕਰਾਂਗਾ। ਇਸ ਲਈ ਜੇ ਪਤਾ ਵੀ ਲੱਗ ਜਾਏ ਤਾਂ ਉਹਦੇ ਕੋਲ ਦੇਣ ਲਈ ਮੁੱਲ ਕੋਈ ਨਹੀਂ, ਮਜਬੂਰੀ ਨਹੀਂ, ਪੱਟਣ ਨਹੀਂ, ਪਾਰਖੂ ਨਹੀਂ, ਗਾਹਕ ਨਹੀਂ, ਮੁੱਲ। ਹੁਣ ਜਦੋਂ ਚਾਰੋਂ ਚੀਜ਼ਾਂ ਨਾ ਹੋਣ ਤਾਂ ਉੱਥੇ ਹੀਰੇ ਦਾ ਕੀ ਫਾਇਦਾ। ਰੁਕਣਾ ਚਾਹੁੰਦਾ, ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ ਨੇੜੇ ਹੁੰਦੇ ਹਾਂ ਤਾਂ ਸਾਨੂੰ ਪਹਿਲਾਂ ਤਾਂ ਹੀਰੇ ਦਾ ਪਤਾ ਹੋਣਾ ਚਾਹੀਦਾ। ਹੀਰਾ ਕੇਵਲ ਅਤੇ ਕੇਵਲ ਉਸ ਚੀਜ਼ ਨੂੰ ਸੰਗਿਆ ਦਿੱਤੀ ਗਈ, ਆਖਿਆ ਗਿਆ, ਜਿਹੜੀ ਚੀਜ਼ ਬੜੀ ਕੀਮਤੀ ਅਤੇ ਖੁਸ਼ਕਿਸਮਤੀ ਨਾਲ ਮਿਲਦੀ ਹੋਵੇ। ਬਾਜ਼ਾਰਾਂ ਵਿੱਚੋਂ ਹੋਰ ਚੀਜ਼ਾਂ ਬੜੀਆਂ ਆਸਾਨੀ ਨਾਲ ਮਿਲ ਜਾਂਦੀਆਂ ਨੇ, ਖਰੀਦੀਆਂ ਵੀ ਜਾ ਸਕਦੀਆਂ ਨੇ, ਹੀਰੇ ਨਹੀਂ। ਅਤੇ ਗੁਰੂ ਕਹਿੰਦੇ ਨੇ ਕਿਸ ਚੀਜ਼ ਨੂੰ ਹੀਰਾ ਆਖਣਾ, ਜਿਹੜਾ ਪੱਥਰਾਂ ਦੇ ਪਹਾੜਾਂ ਵਿੱਚੋਂ ਨਿਕਲਦਾ। ਉਹ ਤਾਂ ਪੱਥਰਾਂ ਦਾ ਹੀ ਇੱਕ ਨਸਲ ਰੂਪ ਹੈ, ਸੁਧਰਿਆ ਹੋਇਆ ਪੱਥਰ ਹੀ ਹੈ, ਉਹਦੇ ਬਿਨਾਂ ਗੁਜ਼ਾਰਾ ਹੋ ਜਾਂਦਾ, ਕੋਈ ਬਹੁਤਾ ਕੀਮਤੀ ਨਹੀਂ। ਪੱਥਰਾਂ ਵਿੱਚੋਂ ਨਿਕਲਿਆ, ਪੱਥਰਾਂ ਦੀ ਇੱਕ ਨਸਲ ਹੈ। ਪਰ ਕਹਿਣ ਲੱਗੇ, ਮੈਂ ਜਦੋਂ ਤੇਰੇ ਵੱਲ ਦੇਖਣਾ, ਹੇ ਮਨੁੱਖ ਤੂੰ ਵੀ ਤੇ ਇੱਕ ਹੀਰਾ ਹੈ ਜਿਹਦੀ ਕੋਈ ਕੀਮਤ ਨਹੀਂ, ਬਾਜ਼ਾਰੋਂ ਤੇਰੇ ਵਰਗਾ ਜੀਵਨ ਖਰੀਦਿਆ ਨਹੀਂ ਜਾ ਸਕਦਾ। ਬਿਲਕੁਲ ਮੈਂ ਤੇਰੀ ਕਹਾਣੀ ਦੇਖ ਰਿਹਾ, ਗੁਰੂ ਕਹਿੰਦਾ, ਜਿਵੇਂ ਬਿਨਾਂ ਗਾਹਕ ਅਤੇ ਬਿਨਾਂ ਪਰਖ ਤੋਂ ਹੀਰੇ ਨੂੰ ਬਾਜ਼ਾਰ ਵਿੱਚ ਕੱਖਾਂ ਦੇ ਭਾਅ ਵਿਕਦਾ ਵੇਖਿਆ ਹੈ, ਕੌਡੀਆਂ ਦੇ ਭਾਅ ਵਿਕਦਾ ਵੇਖਿਆ, ਜਦੋਂ ਮੈਂ ਤੇਰੇ ਵੱਲ ਦੇਖਣਾ, ਮੈਂ ਦੇਖਣਾ ਤੂੰ ਵੀ ਕੌਡੀਆਂ ਦੇ ਭਾਅ ਹੀ ਵਿਕ ਰਿਹਾ। ਗੁਰਬਾਣੀ ਦੇ ਇੱਕ ਲਫ਼ਜ਼ ਨੇ ਸਤਿਗੁਰੂ ਕਹਿੰਦੇ ਨੇ, ਰੈਨ ਗਵਾਈ ਸੋਏ ਕੈ ਰੈਨ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ। ਕਿਸੇ ਪੱਥਰਾਂ ਵਿੱਚੋਂ ਨਿਕਲਣ ਵਾਲੇ ਹੀਰੇ ਦੀਆਂ ਗੱਲਾਂ ਕਰਨ ਵਾਲਿਆ, ਤੂੰ ਆਪਣੀ ਗੱਲ ਹੀ ਕਰ। ਤੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਤੂੰ ਵੀ ਹੀਰਾ ਹੈ। ਜੇ ਉਹਦੀ ਪਰਖ ਕਿਸੇ ਕੋਲ ਨਹੀਂ, ਹਾਲਾਂਕਿ ਪੱਥਰ ਵਿੱਚੋਂ ਨਿਕਲਿਆ ਹੈ, ਗੁਰੂ ਨੇ ਬਾਣੀ ਵਿੱਚ ਆਖਿਆ, ਜਬ ਹੀ ਪਾਈ ਹੈ ਪਾਰਖੂ ਤਬ ਹੀਰਨ ਕੀ ਸਾਠ। ਹੀਰੇ ਦਾ ਸੌਦਾ ਉੱਥੇ ਹੀ ਹੁੰਦਾ ਜਿੱਥੇ ਪਰਖ ਵਾਲੇ ਹੋਣ। ਹਰ ਹੀਰਾ
ਭਾਵੇਂ ਰੱਬ ਹੀਰਾ ਹੋਵੇ ਉਹ ਵੀ ਹੀਰਾ ਤੇ ਵਸਦਾ ਸਾਰਿਆਂ ਦੇ ਵਿੱਚ ਹੈ। ਜਿੰਨੀ ਦੇਰ ਉਹ ਅੰਦਰ ਨਾ ਜਾਏ ਓਨੀ ਦੇਰ ਇਸ ਜੀਵਨ ਦੇ ਹੀਰੇ ਦੀ ਕੋਈ ਵੈਲਿਊ ਨਹੀਂ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਹੀਰੇ ਹੀਰਾ ਬੀਦ ਬੇਦ ਪਵਨ ਮਨ ਸਹਿਜੇ ਰਹਿਆ ਸਮਾਈ। ਹੀਰੇ ਹੀਰਾ ਬੇਦ ਪਵਨ ਮਨ ਸਹਿਜੇ ਰਹਿਆ ਸਮਾਈ, ਸਗਲ ਜੋਤ ਇਨ ਹੀਰੇ ਬੇਦੀ ਸਤਿਗੁਰ ਬਚਨੀ ਮੈਂ ਪਾਈ। ਲੋਕ ਕਹਿੰਦੇ ਨੇ, ਸਿਆਣੇ ਹੀਰਿਆਂ ਦੇ ਵਪਾਰੀ ਜਾਣਦੇ ਨੇ, ਕਹਿੰਦੇ ਨੇ ਹੀਰੇ ਨੂੰ ਸੰਭਾਲਣ ਲਈ ਤਰੀਕਾ ਇੱਕੋ ਹੀ ਹੈ ਕਿ ਉਹਦੇ ਅੰਦਰ ਸੁਰਾਖ ਕਰਕੇ ਉਹਦੀ ਮਾਲਾ ਉਹਦਾ ਹਾਰ ਪਰੋਲਿਆ ਜਾਏ, ਨਹੀਂ ਤਾਂ ਹੀਰੇ ਬਿਖਰ ਜਾਣਗੇ। ਪੂੜੀ ਬੰਨ ਕੇ ਜੇਬ 'ਚ ਪਾਈ ਰੱਖਦੇ ਨੇ ਜਿਹੜੇ ਵਪਾਰੀ ਨੇ ਹੀਰਿਆਂ ਦੇ, ਪਰ ਉਹਦਾ ਕੋਈ ਸ਼ੋਭਾ ਤਾਂ ਨਹੀਂ ਨਾ, ਤਜੋਰੀ ਵਿੱਚ ਰੱਖੇ ਹੋਏ ਨੇ, ਕੀਮਤੀ ਹੈ, ਪਰ ਤਜੋਰੀ ਵਿੱਚ ਪਏ ਹੋਏ ਹੀਰੇ ਦਾ ਕਿਸੇ ਨੂੰ ਕੀ ਪਤਾ। ਉਹਦੀ ਖੂਬਸੂਰਤੀ, ਉਹਦੀ ਸੁੰਦਰਤਾ, ਉਹਦੀ ਚਮਕ ਦਾ ਕਿਸੇ ਨੂੰ ਕੀ ਲਾਭ। ਤਜੋਰੀ ਵਿੱਚ ਪਿਆ, ਮਾਲਕ ਨੂੰ ਪਤਾ ਹੈ ਮੇਰੇ ਕੋਲ ਇੰਨੇ ਕਰੋੜਾਂ ਦਾ ਹੀਰਾ ਹੈ, ਪਰ ਜੇ ਉਹਦਾ ਹਾਰ ਬਣਾਉਣਾ ਹੈ, ਸ਼ੋਭਾ ਬਣਾਉਣੀ ਹੈ, ਗਹਿਣਾ ਬਣਾਉਣਾ ਹੈ, ਕਿਉਂਕਿ ਗਹਿਣਾ ਹੀਰਾ ਨਹੀਂ, ਹੀਰੇ ਦਾ ਗਹਿਣਾ ਬਣਨਾ ਹੈ। ਜੇ ਗਹਿਣਾ ਬਣਾਉਣਾ ਤਾਂ ਉਹਦੇ 'ਚ ਸੁਰਾਖ ਕਰਨਾ ਪਏਗਾ, ਕਿਸੇ ਥਾਂ 'ਤੇ ਪਰੋ ਕੇ ਉਹਨੂੰ ਰੱਖਣਾ ਪਏਗਾ। ਅਤੇ ਕਹਿਣ ਲੱਗੇ ਹੀਰੇ ਨੂੰ ਵਿੰਨਣ ਲਈ ਹੀਰੇ ਦੀ ਕਣੀ ਅੱਗੇ ਲਾਉਣੀ ਪੈਂਦੀ ਹੈ। ਇਹ ਤਾਂ ਹੁਣ ਹੀਰਿਆਂ ਦੇ ਵਪਾਰੀ ਜਾਣਦੇ ਕਿ ਹੀਰੇ ਦੀ ਕਣੀ ਉਸ ਔਜਾਰ ਦੇ ਅੱਗੇ ਲੱਗਦੀ ਹੈ, ਉਹੋ ਹੀ ਵੇਧਦਾ ਹੈ, ਉਹਨੂੰ ਵਿੰਨਦਾ ਹੈ, ਹੀਰੇ ਵਿੱਚ ਸੁਰਾਖ ਕਰਦਾ ਹੈ। ਕਹਿਣ ਲੱਗੇ ਇਸੇ ਤਰ੍ਹਾਂ ਮਨ ਵੀ ਹੀਰਾ ਹੈ ਜਿਹੜਾ ਤੈਨੂੰ ਮਿਲਿਆ ਹੈ, ਬੜਾ ਕੀਮਤੀ ਹੈ, ਪਰ ਦੇਖ ਮਨ ਦੀ ਕੋਈ ਲਾਭ, ਕੋਈ ਸੁੰਦਰਤਾ, ਕੋਈ ਖੂਬਸੂਰਤੀ ਨਹੀਂ ਜੇ ਇਹਦੇ ਵਿੱਚ ਗੁਣਾਂ ਦਾ ਹਾਰ ਨਾ ਬਣੇ। ਗੁਣ ਹਾਰ ਤੈਂ ਪਾਇਆ ਰੰਗ ਲਾਲ ਬਣਾਇਆ, ਇਸ ਹੱਬੋ ਕੁਛ ਸੁਹੰਦਾ। ਉਸ ਜਿਸ ਮਨ ਦਾ ਕੋਈ ਹਾਰ ਹੀ ਨਹੀਂ ਬਣਿਆ, ਤੇ ਹਾਰ ਜਿਹੜਾ ਉਹ ਮਨ ਗੁਣਾਂ ਦਾ ਬਣਨਾ। ਤੇ ਇਹ ਸਾਰੇ ਕੰਮ ਨੂੰ ਪਰੋਣ ਲਈ ਪਵਨ ਜਿਹੜੀ ਹੈ, ਭਾਵ ਸਵਾਸ ਜਿਹੜੇ ਨੇ, ਉਹ ਇਹਨੂੰ ਸੰਭਾਲ ਕੇ ਰੱਖਣ ਲਈ ਇੱਕ ਧਾਗਾ ਨੇ। ਮਨ ਵੀ ਤਾਂ ਸਰੀਰ ਵਿੱਚ ਓਨੀ ਦੇਰ ਸੰਭਾਲਿਆ ਜਾਂਦਾ ਜਿੰਨੀ ਦੇਰ ਤਨ ਹੈ, ਤੇ ਤਨ ਵੀ ਤਾਂ ਹੀ ਰਹਿੰਦਾ ਜੇ ਸਵਾਸ ਹੈ। ਪਵਨ ਮਨ ਸਹਿਜੇ ਰਹਿਆ ਸਮਾਈ, ਪਵਨ ਜਿਹੜੀ ਹੈ ਭਾਵ ਸਵਾਸ ਜਿਹੜੇ ਨੇ, ਉਹ ਇੱਕ ਧਾਗਾ ਨੇ ਜਿਹੜੇ ਇਹਦੇ 'ਚ ਪਰੋ ਕੇ ਰੱਖਦੇ ਨੇ, ਪਰ ਇਹਨੂੰ ਵਿੰਨਦਾ ਜਿਹੜਾ ਹੈ ਮਨ ਨੂੰ, ਉਹ ਗੁਰੂ ਸ਼ਬਦ ਹੈ। ਐਵੇਂ ਮਨ ਕਾਬੂ 'ਚ ਨਹੀਂ ਆਉਂਦਾ, ਮਨ ਵਿੰਨਿਆ ਹੀ ਨਹੀਂ ਜਾਂਦਾ। ਅਤੇ ਗੁਰੂ ਨੇ ਆਪਣੀ ਰਚਨਾ ਤੋਂ ਆਖਿਆ, ਸ਼ਬਦ ਵੀ ਹੀਰਾ ਹੈ, ਉਹਦੀ ਕਣੀ ਅੱਗੇ ਲੱਗਦੀ ਹੈ ਤਾਂ ਮਨ ਵਿੰਨਿਆ ਜਾਂਦਾ ਹੈ, ਇਹ ਵੀ ਹੀਰਾ ਹੈ। ਹੀਰੇ ਹੀਰਾ ਬੇਦ ਪਵਨ ਮਨ ਸਹਿਜੇ ਰਹਿਆ ਸਮਾਈ, ਸਗਲ ਜੋਤ ਇਨ ਹੀਰੇ ਬੇਦੀ। ਜਿੰਨੇ ਸੰਸਾਰ ਦੇ ਜੀਵ ਨੇ ਸਾਰਿਆਂ ਦੇ ਮਨ ਵਿੱਚ ਰੱਬ ਦਾ ਉਸ ਹੀਰੇ ਦਾ ਵਾਸਾ ਹੈ। ਇਹ ਗੱਲ ਵੱਖਰੀ ਹੈ ਕਿ ਸਾਡੇ ਕੋਲ ਪਛਾਣ ਨਹੀਂ, ਨਾ ਸਾਨੂੰ ਆਪਣੇ ਮਨ ਦੀ ਆਪੇ ਦੀ ਪਛਾਣ ਹੈ, ਨਾ ਉਹਨੂੰ ਵਿੰਨਣ ਵਾਲਾ ਅੰਦਰ ਜਿਹੜਾ ਬੈਠਾ ਹੈ ਉਹਦੀ ਪਛਾਣ ਹੈ। ਸਗਲ ਜੋਤ ਇਨ ਹੀਰੇ ਬੇਦੀ ਸਤਿਗੁਰ ਬਚਨੀ ਮੈਂ ਪਾਈ, ਹਰ ਕੀ ਕਥਾ ਅਨਾਹਦ ਬਾਣੀ, ਹਰ ਕੀ ਕਥਾ ਅਨਾਹਦ ਬਾਣੀ, ਹੰਸ ਹੋਏ
हंस होए हीरा ले पछाणी, हंस वाली बिरती होवे तां तू उस हीरे नू पछाणे जेड़ा हीरा तेरे अंदर दे हीरे नू विन के खूबसूरत गहना बना रहा है। जिन्नी देर अंदर दे हीरे नू मन नू विन्या नहीं जांदा खूबसूरत गहना ही नहीं बनता। संसार दे बड़े लोग ने संसार विच आउन वाले उन्हां सारियां कोल मन है पर सारियां दा मन खूबसूरत नहीं। क्यों? क्योंकि विन्या नहीं गया। शब्द दे हीरे नाल शब्द दी कणी नाल विन्या नहीं गया। मन कीमती है ऐसी गल कोई नहीं, गुरु ने बाणी में आख दिता मन ही मन को कहे कबीरा मन सा मिलिया ना कोय। मन नाल गल्ला कर ते मन नु आख तेरे वर्गा मेनू कोई नहीं मिलिया। ये तू ना होवे कुछ भी नहीं हो सकता, ना धर्म हो सकता ना परम हो सकता ना संसार कमाया जा सकता ना निरंकार कमाया, कुछ भी तो मन बिना नहीं हुंदा। मन ही मन को कहे कबीरा मन सा मिलिया ना कोई, मन वर्गी कोई चीज नहीं मिली। बड़ा कीमती है ते हर किसी नु मिल गया, कोई फायदा नहीं, बदसूरत है। हुण इह पछाणदा नहीं कि इहनू विन्या किवें जाए ते गहना बने तां कि खूबसूरत हो जाए। शब्द दी कणी नाल हीरे दी कणी नाल, क्योंकि शब्द भी हीरा है। कहन लगे शब्द दी कणी नाल मन दा हीरा विन्या जाए ते उहदे विच फिर पवन दा धागा प्रभाव स्वास स्वास प्रभु नाल जुड़ जाए। ते फिर ओ हीरा मन जिहड़ा तैनू मिले है मैनू मिले है दुनिया नू मिले है फिर ओ गहना बन जाता है, फिर खूबसूरत हो जाता है। फिर तैनू पता लगता है कि मैं भी एक हीरा सा, मैं ते ऐवें व्यर्थ पिया सा। इसे गल दा जिक्र गुरु ने बाणी विच कीता, रैन गवाई सोए कै दिम सिर गवाया खाए हीरे जैसा जन्म है। हीरे जैसा जन्म है कौड़ी बदले जाए। ये भी कखों दे पाई जा रहे, कोई खूबसूरती नहीं, कोई फायदा नहीं होता। मन मिल गया, तन मिल गया, जीवन मिल गया, मनुखा जन्म मिल गया, पर व्यर्थ चला गया, क्योंकि इनकी भी पछाण नहीं हुई। गुरु ने हालांकि आवाज दिती ते आख्या गुरसेवा ते भगत कमाई तब ए मानस नहीं पाई। इस देही को सिमरै देव सो देही बाजार की सेव, भजो गोविंद भूल मत जाओ मानस जन्म का यही लाहो। आहुने तुसी सोदर दे पाठ विच भी शब्द सुनया आखरी भई प्राप्त मनुख देहुरिया, गोविंद मिलन की है तेरी बरिया। इंदे विच ही तू हीरा खरीद सकना, गोविंद हीरा है ते उन्हों प्राप्त करने वास्ते भी हीरियां दा तजारत हीरियां दा व्यापार ते हो ही कर सकते ने जिन्ना कोल अपने कोल भी हीरे ही होन, हीरे जिन्नी वैल्यू होवे। कहन लगे मनुखा जन्म विच ही भई प्राप्त मनुख दे होरिया, गोविंद मिलन की एह तेरी बरिया। इस हीरे रूपी जन्म विच ही तू प्रभु रूप हीरा खरीद सकना है, तजारत पर दो पासे नहीं हो रहे। तेनू ते अपने हीरे की पछाण कोई नहीं, ये भी तो कौड़ियां दे पावे च रहे। ते बाबा कबीर जी ने यह गल आखी, कहन लगे मैं हैरान हो गया, एक आश्चर्य किस्म का व्यापार देखे इस संसार विच। कबीर
एक अचंभा देखियो। असंभव किस्म का व्यापार, हीरा हाट बिका है, हीरा बेच रहे हैं, मन भी बिकाऊ हो गया। ते इन्दे मन दे हृदय विच रब दी प्रभु दी कोई वैल्यू न रही। दोवे ही मैनू यह नज़र आए भी मैं इस संसार अंदर दोवां दी कोई ना रब दी वैल्यू ना मन दी वैल्यू है। ये आप भी हीरा कखां दे भावे करिया ते उन्दी भी कखां दी वैल्यू समझ लिया। कबीर एक अचंभा देखियो, हीरा हाट बिका, बन जन हारे बाहरा। क्योंकि व्यापारी कोई नहीं ना, जेडे हैं ना वो अपना अपनी वैल्यू जानते ने कि मनुखा जन्म की है, ना वो प्रभु दी वैल्यू जानते ने कि जिन्नू खरीदना आया वो की है। दोवां दी वैल्यू नहीं जानते, इसलिए बंजन हारे ने। जेडे बंजन हारे ने इस जिन्ना ने व्यापार करना सी, बंजन हारे बाहर बिना व्यापारी तो, बंजन हारे तो बिना, बंजन हारे बाहर कौड़ी बदले जा, व्यापारी कोई नहीं ते वो आपे वैल्यू खत्म हो गई। जिस बाजार विच जिस वस्तु दा व्यापारी कोई ना होवे, बंजन वाला ही कोई ना होवे, खरीदारी कोई, उनकी वैल्यू की रह गई। कहन लगे बंजन हारे बाहरा, कौड़ी बदले जाए अचंभो देखियो। ये सर्ज दी गल सी। हुण अगले श्लोक ते पढ़ लो, बड़ा खूब सुंदर खुलासा कीता ने। कहन लगे इस हीरे दा ते उस हीरे दा व्यापारी क्यों नहीं, संसार एक व्यापार का केंद्र ही। सद्गुरु ने बाणी अंदर एक गल आखी, कहन लगे मैं की देखिया ये संसार जेड़ा है, 14 तपक जेड़े ने, ये सारे व्यापार का केंद्र ने। पर अजीब गल है, इत्थे व्यापारी आउंदे ने ते कदे तुसी वेख्या व्यापारियां दा किसे बाजार विच आउना कोई उत्थे घर थोड़ा पाउंदे ने, सवेरे आए शाम नूं व्यापार, बाजार बंद हो गए चले गए, बाजार कोई घर नहीं हुंदे। बल्कि स्याणे लोग घर जिहड़े ने ओह बाजार विच नहीं पाउंदे, घर टिकाणा शांति दा है। व्यापार बिजनेस डिस्टर्बेंस उथे कोई कारण है। कह लगे संसार एक कारणा दा केंद्र है, इसलिए इत्थे व्यापारी आउंदे ने ते चले जांदे ने। गुरबाणी ने इस गल दा फैसला कीता है, व्यापारी आए चले गए। पर केड़ी अजीब गल है कि इस व्यापार दे केंद्र संसार विच कोई व्यापारी आए भी, पर वस्तुआं वेखण तो बाद कोई व्यापारी परख वाला नहीं सी। इत्थे कौड़ियां दे पा हीरे विक रहा सी, जीवन भी व्यर्थ कौड़ियां दे पा जा रहा सी, रब दी वैल्यू भी उही समझदे सन, धर्म दी वैल्यू भी उही समझदे सन, क्योंकि परख नहीं सी। हुण अगले श्लोक परख क्यों नहीं सी, परख क्यों नहीं सी, ते जवाब सी कभी जहां ज्ञान तै धर्म है। इसलिए मनुख धर्मी भी नहीं बन सकिया, धर्मी भी नहीं बन सकिया। रब नूं पछाणन वाला ते अपने जीवन नूं पछाणन वाला मनुख धर्मी हो सकदा है, क्योंकि धर्म दी सब तों वड्डी शर्त इह होई है कि तू अपने आप नूं पछाणदा होवे,
ਤੇ ਤੈਨੂੰ ਜੀਵਨ ਦੇਣ ਵਾਲੇ ਉਸ ਮਾਲਕ ਨੂੰ ਤੂੰ ਪਛਾਣਦਾ ਹੋਵੇਂ। ਇਹ ਦੋ ਗੱਲਾਂ ਧਰਮ ਲਈ ਬਹੁਤ ਜ਼ਰੂਰੀ। ਧਰਮੀ ਮਨੁੱਖ ਉਹ ਹੀ ਹੋ ਸਕਦਾ ਜਿਹੜਾ ਪਹਿਲਾਂ ਆਪਣੇ ਆਪ ਨੂੰ ਪਛਾਣੇ, ਆਪ ਪਛਾਣੇ ਤਾਂ ਸੋ ਜਾਣੇ ਮਰਨ ਜੀਵਨ ਕੀ ਸੋਝੀ ਹੋ। ਉਸ ਤੋਂ ਬਾਅਦ ਇਹ ਜੀਵਨ ਦੇਣ ਵਾਲੇ ਨੂੰ ਪਛਾਣੇ ਮਾਲਕ ਨੂੰ, ਤਾਂ ਧਰਮੀ ਹੈ। ਕਹਿਣ ਲੱਗੇ ਉਹਦੇ ਲਈ ਪਛਾਣਨ ਲਈ ਪਛਾਣ ਲਈ ਗਿਆਨ ਚਾਹੀਦਾ। ਕਭੀ ਜਹਾਂ ਗਿਆਨ ਤੇ ਧਰਮ ਹੈ। ਹੁਣ ਰੁਕ ਕੇ ਜਰਾ ਇਸ ਗੱਲ ਨੂੰ ਸੋਚਿਓ, ਗਿਆਨ ਵੀ ਹੋਣਾ ਜਿਹੜਾ ਹੈ, ਗੁਰਬਾਣੀ ਨੇ ਬਾਰ ਬਾਰ ਇੱਕ ਗੱਲ ਆਖੀ, ਕਹਿਣ ਲੱਗੇ ਗਿਆਨ ਵੀ ਹੋਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਬਸੀ। ਕਹਿਣ ਲੱਗੇ ਗੁਰ ਬਿਨ ਗਿਆਨ, ਧਰਮ ਬਿਨ ਧਿਆਨ, ਸੱਚ ਬਿਨ ਸਾਖੀ, ਮੂਲੋ ਨਾ ਬਾਕੀ। ਇਹ ਤਾਂ ਮੂਲ ਹੈ, ਮੂਲੋਂ ਭਾਵ ਬਿਲਕੁਲ ਨਹੀਂ ਹੋ ਸਕਦਾ ਕਿ ਧਰਮ ਜਿਹੜਾ ਹੈ ਉਹ ਧਿਆਨ ਬਿਨਾਂ ਗਿਆਨ ਬਿਨਾਂ ਪੈਦਾ ਹੋ ਜਾਏ। ਹੁਣ ਅੱਜ ਕੀ ਹੈ ਸਾਡਾ ਦੁਖਾਂਤ ਕੀ ਹੈ? ਅਸੀਂ ਧਰਮ ਨੂੰ ਹੌਲੀ ਹੌਲੀ ਭਰਮ ਬਣਾ ਲਿਆ, ਕਿਉਂਕਿ ਗਿਆਨ ਨਹੀਂ, ਪਛਾਣ ਨਾ ਹੋਵੇ ਤਾਂ ਮਨੁੱਖ ਜਿਸ ਚੀਜ਼ ਨੂੰ ਜੋ ਸਮਝਦਾ ਉਹ ਨਹੀਂ ਹੁੰਦੀ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਮੁੱਖ ਝੂਠ ਬਿਭੂਖਣ ਸਾਰੰਗ, ਗੱਲ ਮਾਲਾਂ ਤਿਲਕ ਲਲਾਟੰਗ, ਦੋਏ ਧੋਤੀ ਬਸਤਰ ਕਪਾਟੰਗ। ਅੱਗੇ ਜਾ ਕੇ ਕਹਿੰਦੇ ਨੇ ਜੇ ਜਾਣਸ ਬਰਮੰ ਕਰਮੰ, ਸਭ ਫੋਕਟ ਨਿਸਚੋ ਕਰਮੰ। ਜੇ ਤੂੰ ਗੱਲ ਵਿੱਚ ਮਾਲਾਂ ਪਾ ਲੈ, ਮੱਥੇ 'ਤੇ ਤਿਲਕ ਵੀ ਲਾ ਲਏ, ਇਹ ਤੂੰ ਇਸ ਲਈ ਕਿ ਲੋਕ ਮੈਨੂੰ ਧਰਮੀ ਸਮਝਣ, ਕਿਉਂਕਿ ਧਰਮ ਦੀਆਂ ਨਿਸ਼ਾਨੀਆਂ ਨੇ, ਚਿੰਨ੍ਹ ਜਿਹੜੇ ਨੇ ਉਹ ਨਿਸ਼ਾਨ ਨੇ ਧਰਮ ਦਾ। ਪਰ ਧਰਮ ਨਹੀਂ, ਚਿੰਨ੍ਹ ਹੋਰ ਚੀਜ਼ ਨੇ। ਅੱਜ ਦਾ ਸਾਡਾ ਦੁਖਾਂਤ ਵੀ ਇਹੋ ਹੀ ਹੈ, ਅਸੀਂ ਭਰਮ ਨੂੰ ਧਰਮ ਬਣਾ ਲਿਆ। ਗੱਲਾਂ ਭਾਵੇਂ ਚੰਗੀਆਂ ਹੋਣ, ਜਦੋਂ ਉਹ ਵੀ ਅਸੀਂ ਬਿਨਾਂ ਪਰਖੇ ਬਿਨਾਂ ਗਿਆਨ ਤੋਂ ਧਰਮ ਵਿੱਚ ਪ੍ਰਵੇਸ਼ ਕਰਾਂਗੇ ਤਾਂ ਉਹ ਭਰਮ ਬਣ ਜਾਏਗਾ। ਹੈਰਾਨ ਹੋਇਆ, ਸਾਡੇ ਰਹਿਤਨਾਮੇ ਕੀ ਨੇ? ਇਹ ਨਹੀਂ ਗੱਲਾਂ ਉਹਦੇ 'ਚ ਮਾੜੀਆਂ ਨੇ, ਮਾੜੀਆਂ ਬਿਲਕੁਲ ਨਹੀਂ, ਬਹੁਤ ਥੋੜ੍ਹੀਆਂ ਗੱਲਾਂ ਐਸੀਆਂ ਨੇ ਜਿਨ੍ਹਾਂ ਦਾ ਕੋਈ ਸਿਰ ਪੈਰ ਨਾ ਹੋਵੇ, ਉਹ ਵੀ ਹੈ ਪਰ ਬਹੁਤ ਥੋੜ੍ਹੀਆਂ। ਬਹੁਤ ਸਾਰੀਆਂ ਚੰਗੀਆਂ ਵੀ ਨੇ। ਹੁਣ ਚੰਗੀਆਂ ਗੱਲਾਂ ਵੀ, ਕਿਉਂਕਿ ਸਮਝਾਉਣ ਦੀ ਬਜਾਏ ਉਹਨਾਂ ਨੂੰ ਧਰਮ ਬਣਾ ਦਿੱਤਾ ਗਿਆ। ਮੈਂ ਹੈਰਾਨ ਹੋਇਆ, ਭਾਈ ਨੰਦ ਲਾਲ ਸਾਹਿਬ ਦਾ ਹੀ ਨਾਮ ਲਿਖ ਕੇ ਤਨਖਾਹਨਾਮਾ ਲਿਖਿਆ ਗਿਆ। ਉਹਦੇ ਵਿੱਚ ਆਮ ਪ੍ਰਚਲਿਤ ਗੱਲ ਮੈਂ ਸਿਰਫ ਐਗਜ਼ਾਮਪਲ ਵਜੋਂ ਦੇਣਾ ਚਾਹੁੰਦਾ, ਵੀ ਠੰਡੇ ਪਾਣੀ ਜੋ ਨਾ ਨਹਾਵੇ ਸੋ ਤਨਖਾਹੀ ਜਾਂ ਮੂਲ ਕਹਾਵੇ। ਹੁਣ ਇਹਦਾ ਮਤਲਬ ਅਸੀਂ ਤੁਸੀਂ ਤਾਂ ਸਿੱਖ ਹੋ ਹੀ ਨਹੀਂ ਸਕਦੇ, ਸਾਰੇ ਤਨਖਾਹੀ ਆ। ਚੰਗੀ ਗੱਲ ਤਾਂ ਇਹ ਸੀ ਨਾ, ਇਹ ਸਮਝਾਇਆ ਜਾਂਦਾ ਕਿ ਠੰਡੇ ਪਾਣੀ ਨਾਲ ਇਸ਼ਨਾਨ ਸਰੀਰ ਕਰਕੇ ਮਨੁੱਖ ਦੇ ਮਸਲ ਮਜ਼ਬੂਤ ਸਟਰੋਂਗ ਕਰਦਾ ਹੈ। ਠੰਡੇ ਪਾਣੀ ਨਾਲ ਇਸ਼ਨਾਨ ਸਿਹਤ ਵਾਸਤੇ ਬਹੁਤ ਚੰਗਾ ਹੈ। ਠੰਡੇ ਪਾਣੀ ਨਾਲ ਇਸ਼ਨਾਨ ਕਰਨ ਨਾਲ ਮਸਲ ਸਟਰੋਂਗ ਹੁੰਦੇ, ਮਜ਼ਬੂਤ ਹੁੰਦੇ, ਤਾਂ ਬੜੀ ਚੰਗੀ ਗੱਲ ਸੀ। ਅਸੀਂ ਉਹਨੂੰ ਬਣਾਤਾ ਧਰਮ। ਹੁਣ ਦੇਖਣਾ ਹੈ ਕਿ ਮਨੁੱਖ ਧਰਮ ਬਿਨਾਂ, ਜਦੋਂ ਸੋਚੇ ਸਮਝੇ ਬਿਨਾਂ ਧਰਮ ਕਿਸੇ ਨੂੰ ਬਣਾਏਗਾ ਤਾਂ ਔਕੜ ਖੜੀ ਹੋ ਜਾਏਗੀ। ਭਰਮ ਭਰਮ ਕਦੀ ਧਰਮ ਨਹੀਂ ਬਣਦਾ, ਉਹ ਭਰਮ ਪੈ ਗਿਆ, ਕਿਉਂਕਿ ਭਰਮ ਇਹ ਪੈ ਗਿਆ ਵੀ ਜੇ ਮੈਂ ਇਸ਼ਨਾਨ ਗਰਮ ਪਾਣੀ ਨਾਲ ਕਰ ਲਿਆ ਤਾਂ ਮੈਂ ਤਾਂ ਸਿੱਖ ਨਾ ਰਿਹਾ। ਰਹਿਤਨਾਮ ਲਿਖਣ ਵਾਲੇ ਲਿਖ ਦਿੱਤਾ ਔਰ ਭਾਈ ਨੰਦ ਲਾਲ ਸਾਹਿਬ ਦੇ ਨਾਮ 'ਤੇ ਲਿਖ ਦਿੱਤਾ।
ਜੇ ਦੋਨੋਂ ਵਕਤ ਕੰਘਾ ਕਰਨ ਦਾ ਆਖਿਆ ਤਾਂ ਉਹਦਾ ਮਤਲਬ ਸੀ ਉਹ ਨਾ ਸਮਝਾਇਆ ਕਿ ਦੋਨੋਂ ਵਕਤ ਕੰਘਾ ਕਰਨ ਨਾਲ ਸਿਰ ਦੇ ਅੰਦਰ ਐਸੇ ਮਸਲ ਨੇ ਜਿਨ੍ਹਾਂ ਨੂੰ ਮਾਲਿਸ਼ ਮਿਲਦੀ ਹੈ, ਐਕਸਰਸਾਈਜ਼ ਮਿਲਦੀ, ਮਨੁੱਖ ਤੰਦਰੁਸਤ ਰਹਿੰਦਾ, ਕੇਸ ਸਾਫ ਰਹਿੰਦੇ ਨੇ, ਕੇਸ ਅੜਦੇ ਨੇ, ਸਫਾਈ ਰਹਿੰਦੀ ਹੈ। ਇਹ ਗੱਲਾਂ ਸਮਝਾਉਣ ਦੀ ਬਜਾਏ ਉਹਨਾਂ ਨੂੰ ਧਰਮ ਵਿੱਚ ਪਾ ਦਿੱਤਾ ਵੀ ਜੇ ਦੋਨੋਂ ਵਕਤ ਤੁਕੇ ਵਾਹ ਕੇ ਅਤੇ ਪੱਗ ਪੱਗ ਚੁਣ ਕੇ ਨਹੀਂ ਬਣਦਾ ਤਾਂ ਤੂੰ ਸਿੱਖ ਨਹੀਂ। ਬੜੀ ਅਜੀਬ ਗੱਲ ਹੈ, ਹਰ ਗੱਲ ਨੂੰ ਅਸੀਂ ਧਰਮ ਵਿੱਚ ਧਰਮ ਭਰਮ ਧਰਮ ਵਿੱਚ ਜਦੋਂ ਪਾ ਦਿੱਤਾ ਤਾਂ ਭਰਮ ਬਣ ਜਾਏਗਾ ਕਿਉਂਕਿ ਉਹ ਕੰਮ ਅਸੀਂ ਕਰ ਨਹੀਂ ਸਕਾਂਗੇ। ਜੇ ਕਦੀ ਮੈਂ ਰਹਿਤਨਾਮਿਆਂ ਦੇ ਜਦੋਂ ਦੇਖਣਾ ਮੈਂ ਕਹਿੰਦਾ ਗੱਲਾਂ ਬੜੀਆਂ ਚੰਗੀਆਂ ਨੇ, ਬਹੁਤ ਸਾਰੀਆਂ ਗੱਲਾਂ 80% ਗੱਲਾਂ ਉਹਦੇ 'ਚ ਚੰਗੀਆਂ ਨੇ ਜੇ ਕਦੀ ਅਪਣਾਈਆਂ ਜਾਣ ਤਾਂ, ਸਰੀਰ ਵਾਸਤੇ, ਜੀਵਨ ਵਾਸਤੇ, ਸਿਹਤ ਵਾਸਤੇ, ਪਰਿਵਾਰਕ ਤੌਰ 'ਤੇ ਬੜੀਆਂ ਚੰਗੀਆਂ। ਪਰ ਕਿਉਂਕਿ ਉਹਨੂੰ ਧਰਮ ਨਾਲ ਜੋੜ ਦਿੱਤਾ ਗਿਆ, ਉਹ ਹੁਣ ਧਰਮ ਵਿੱਚ ਜਾਣ ਕਰਕੇ ਭਰਮ ਬਣ ਗਈਆਂ ਨੇ ਅਤੇ ਗੁਰੂ ਨੇ ਆਖ ਦਿੱਤਾ ਆਪਣੀ ਰਸਨਾ ਤੋਂ। ਮਾਧਵੇ ਕਿਆ ਕਹੀਏ, ਭਰਮ ਐਸਾ, ਇਹ ਦੱਸੋ ਮੈਨੂੰ ਭਰਮ ਕਿਹੋ ਜਿਹਾ ਹੁੰਦਾ, ਸਮਝਾ ਦਿਓ ਕਿਆ ਕਹੀਏ ਭਰਮ ਐਸਾ। ਅਤੇ ਗੁਰੂ ਜਵਾਬ ਦਿੰਦੇ ਨੇ ਅਗਲੀ ਲਾਈਨ ਵਿੱਚ, ਕਹਿੰਦੇ ਨੇ ਜੈਸਾ ਮਾਨੀਏ ਹੋਏ ਨਾ ਤੈਸਾ, ਜੋ ਕੁਝ ਤੂੰ ਸਮਝਣਾ ਹੈ ਉਹ ਨਹੀਂ ਹੈਗਾ, ਬਸ ਆਹੀ ਧਰਮ ਭਰਮ ਹੈ। ਜੇ ਧਰਮ ਦੇ ਖੇਤਰ ਵਿੱਚ ਜੋ ਕੁਝ ਤੂੰ ਮੰਨ ਰਿਹਾ ਹੈ ਉਹ ਨਹੀਂ ਤਾਂ ਸਮਝ ਲੈ ਤੂੰ ਉਹ ਧਰਮ ਨਹੀਂ ਭਰਮ ਕਮਾ ਰਿਹਾ। ਸਮਝਣ ਵਾਲੀ ਗੱਲ ਇਹ ਹੈ ਤੇ ਜੇ ਪਰਖ ਲੱਗ ਗਏ, ਤੈਨੂੰ ਪਤਾ ਲੱਗ ਗਿਆ ਕਿ ਆਹ ਧਰਮ ਹੈ ਤੇ ਤੂੰ ਭਰਮ ਨਹੀਂ ਕਰੇਗਾ। ਅੱਜ ਕਦੇ ਅਸੀਂ ਦੇਖੀਏ ਨਾ ਆਪਣੇ ਜੀਵਨ ਅੰਦਰ ਤੇ ਅਸੀਂ ਜ਼ਿੰਦਗੀ ਦਾ ਬਹੁਤਾਤ ਹਿੱਸਾ ਭਰਮਾਂ ਵਿੱਚ ਗੁਜ਼ਾਰ ਰਹੇ ਹਾਂ, ਧਰਮ ਵਿੱਚ ਨਹੀਂ। ਬਹੁਤ ਲੰਬੀ ਲਿਸਟ ਹੈ ਭਰਮਾਂ ਦੀ। ਤੇ ਗੁਰੂ ਨੇ ਇਹੋ ਹੀ ਗੱਲ ਬਾਬਾ ਕਬੀਰ ਜੀ ਨੇ ਅਗਲੀ ਲਾਈਨ ਵਿੱਚ ਆਖੀ, ਕਹਿਣ ਲੱਗੇ ਧਰਮ ਨਾਮ ਦੀ, ਰੱਬ ਨਾਮ ਦੀ, ਜੀਵਨ ਨਾਮ ਦੀ ਕੀਮਤੀ ਵਸਤੂ ਜੇ ਕੌਡੀਆਂ ਦੇ ਭਾਅ ਵੇਖ ਰਹੀ ਹੈ ਤੇ ਉਹਦਾ ਕਾਰਨ ਇਹ ਹੈ ਕਿ ਪਰਖ ਨਹੀਂ। ਤੇ ਪਰਖ ਕਿਉਂ ਨਹੀਂ? ਕਿਉਂਕਿ ਗਿਆਨ ਨਹੀਂ, ਤੇ ਗਿਆਨ ਨਾ ਹੋਣ ਕਰਕੇ ਧਰਮ ਨਹੀਂ ਪੈਦਾ ਹੋਇਆ, ਅਸੀਂ ਭਰਮ ਨੂੰ ਹੀ ਧਰਮ ਬਣਾਈ ਬੈਠੇ ਹਾਂ। ਅਗਿਆਨਤਾ ਵਿੱਚ ਇਹੋ ਕੁਝ ਹੁੰਦਾ ਹੈ ਨਾ, ਅਸੀਂ ਜੀਵਨ ਅੰਦਰ ਭਰਮ ਨੂੰ ਹੀ ਧਰਮ ਦਾ ਰੂਪ ਦਿੱਤੀ ਬੈਠੇ ਹਾਂ। ਤੇ ਬਾਬਾ ਕਬੀਰ ਜੀ ਨੇ ਇਸੇ ਗੱਲ ਦਾ ਜਵਾਬ ਦਿੱਤਾ, ਕਹਿਣ ਲੱਗੇ ਜਹਾਂ ਗਿਆਨ ਤੇ ਧਰਮ ਹੈ, ਜਹਾਂ ਗਿਆਨ ਤੇ ਧਰਮ ਹੈ, ਜਹਾਂ ਝੂਠ ਤੇ ਪਾਪ। ਜੇ ਝੂਠ ਨਾਲ ਕਿਸੇ ਨੂੰ ਧਰਮ ਆਖ ਕੇ ਭਰਮ ਵਿੱਚ ਪਾਉਣਾ ਤਾਂ ਇਹਦਾ ਵਰਗਾ ਇਹਦੇ ਵਰਗਾ ਪਾਪ ਕੋਈ ਨਹੀਂ, ਤੇ ਇਹਦਾ ਮਤਲਬ ਪਾਪ ਹੀ ਕਮਾਇਆ ਜਾ ਰਿਹਾ ਹੈ। ਕਿਉਂਕਿ ਜਿੰਨਾ ਸਾਨੂੰ ਧਰਮ ਕਹਿ ਕੇ ਭਰਮ ਸਾਡੇ ਜੀਵਨ ਵਿੱਚ ਦਾਖਲ ਹੋ ਗਏ ਨੇ, ਇਹਦਾ ਮਤਲਬ ਕਿਸੇ ਨੇ ਪਾਪ ਕੀਤਾ। ਅਤੇ ਜੇ ਅਸੀਂ ਕਹਿੰਦੇ ਹਾਂ ਫਲਾਣੇ ਥਾਂ 'ਤੇ ਪਾਪ ਕੀਤਾ ਹੋਇਆ ਤਾਂ ਕਹਿੰਦੇ ਹਾਂਜੀ ਤੁਸੀਂ ਫਲਾਣੇ ਵਿਦਵਾਨ ਨੂੰ ਪਾਪੀ ਆਖਦੇ ਹੋ, ਭਲੇ ਹੋ, ਇਹ ਮੇਰਾ ਫਸਲਾ ਨਹੀਂ। ਜਿਹੜਾ ਝੂਠ ਦਾ ਸਹਾਰਾ ਲੈ ਕੇ ਤੈਨੂੰ ਗੁੰਮਰਾਹ ਕਰਦਾ, ਜਿਹੜਾ ਝੂਠ ਦਾ ਸਹਾਰਾ ਲੈ ਕੇ ਧਰਮ ਦੇ ਸਹਾਰੇ ਤੇਰੀ ਝੋਲੀ ਭਰਮ ਪਾ ਰਿਹਾ, ਉਹ ਗੁਨਾਹ ਮਨੋਂ ਪਾਪ ਕਰ ਰਿਹਾ, ਇਹ ਫੈਸਲਾ ਮੇਰਾ ਨਹੀਂ, ਬਾਬਾ ਕਬੀਰ ਦਾ। ਕਹਿੰਦਾ ਜਹਾਂ ਗਿਆਨ ਤੇ ਧਰਮ ਹੈ, ਜਹਾਂ ਝੂਠ ਤੇ ਪਾਪ, ਜਹਾਂ ਲੋਭ ਤੇ ਕਾਲ ਹੈ। ਫਿਰ ਮਸਲਾ ਆ ਗਿਆ ਕਿ ਕੋਈ ਝੂਠ ਬੋਲਣ ਵਾਲਾ ਕਿਉਂ ਝੂਠ ਬੋਲ ਕੇ ਤੈਨੂੰ ਧਰਮ ਦੀ ਥਾਂ ਭਰਮ ਕਿਉਂ ਝੋਲੀ ਪਾ ਰਿਹਾ? ਕਿਉਂਕਿ ਉਹਦੀ ਦੁਕਾਨ ਹੈ, ਧਰਮ ਉਹਨੇ ਦੁਕਾਨ ਬਣਾ ਲਏ,
ਹੁਣ ਉਸ ਦੁਕਾਨ ਨੂੰ ਚਲਾਉਣ ਵਾਸਤੇ ਅਤੇ ਉਸ ਦੁਕਾਨ 'ਤੇ ਸੌਦਾ ਵੇਚਣ ਲਈ ਬਹੁਤ ਜ਼ਰੂਰੀ, ਦੁਨੀਆਂ ਨੇ ਤਾਂ ਧਰਮ ਹੀ ਖਰੀਦਣਾ। ਮੈਂ ਇੱਕ ਵਾਰੀ ਬਹੁਤ ਦੇਰ ਹੋਈ ਅਰਜ਼ ਕੀਤੀ ਸੀ ਕਿ ਮਨੁੱਖ ਦੇ ਹਿਰਦੇ ਵਿੱਚ ਧਰਮ ਪ੍ਰਤੀ ਸ਼ਰਧਾ ਹੈ, ਇਹ ਗਲਤ ਗੱਲ ਨਹੀਂ, ਅਤੇ ਦੁਨੀਆਂ ਦੇ ਲੋਕ ਇਸੇ ਲਈ ਧਰਮ ਨਾਮ ਥੱਲੇ ਹੀ ਭਰਮ ਵੇਚ ਰਹੇ ਨੇ। ਮੈਂ ਐਗਜ਼ਾਮਪਲ ਦਿੱਤੀ ਸੀ, ਕਿਹਾ ਸੜਕਾਂ 'ਤੇ ਕੰਡੇ ਲੱਗੇ ਹੋਏ ਨੇ ਜਿਨ੍ਹਾਂ 'ਤੇ ਟਰੱਕ ਤੋਲੇ ਜਾਂਦੇ ਨੇ, ਅਤੇ ਟਰੱਕਾਂ ਵਿੱਚ ਕੀ ਹੁੰਦਾ, ਲੋਹਾ ਭਰਿਆ ਹੋਇਆ, ਟਰੱਕਾਂ ਵਿੱਚ ਲੱਕੜਾਂ ਭਰੀਆਂ ਹੋਈਆਂ ਨੇ, ਤੂੜੀ ਭਰੀ ਹੋਈ ਹੈ, ਵਸਤੂਆਂ ਜਾ ਰਹੀਆਂ ਨੇ, ਉਸ ਕੰਡੇ 'ਤੇ ਤੋਲਿਆ ਜਾ ਰਿਹਾ, ਅਤੇ ਨਾ ਕੀ ਇਹ ਧਰਮ ਕੰਡਾ। ਕਿੱਡੀ ਅਜੀਬ ਗੱਲ ਹੈ, ਮੈਂ ਇੱਕ ਅਰਜ਼ ਕੀਤੀ ਸੀ ਵੀ ਸੁਨਿਆਰਿਆਂ ਕੋਲ ਪਹਿਲਾਂ ਨਹੀਂ ਹੁਣ ਆ ਗਿਆ, ਉਹ ਆਪਣੇ ਹੱਥ ਨਾਲ ਵੀ ਤੋਲਦੇ ਨੇ, ਮੁੱਠੀ ਨਾਲ ਵੀ ਕੰਡੇ ਛੋਟੇ ਜਿਹੇ ਤਰਾਜੂ ਰੱਖੇ ਨੇ, ਸੋਨਾ ਤੋਲਦੇ ਨੇ, ਗਹਿਣੇ ਤੋਲਦੇ ਨੇ, ਪਰ ਲੋਕਾਂ ਨੂੰ ਵਿਸ਼ਵਾਸ ਨਹੀਂ ਹੁੰਦਾ, ਫਿਰ ਕਹਿੰਦੇ ਨੇ ਕਿਸੇ ਧਰਮ ਕੰਡੇ 'ਤੇ ਤੋਲਾ ਲਿਆ ਉਹ, ਫਿਰ ਉਹ ਉਸ ਦੁਕਾਨ 'ਤੇ ਉਸ ਸੁਨਾਰ ਕੋਲ ਜਾਂਦੇ ਨੇ ਜਿਹਦੇ ਕੋਲ ਧਰਮ ਕੰਡਾ ਰੱਖਿਆ ਹੋਵੇ, ਅਤੇ ਧਰਮ ਕੰਡੇ ਦੀ ਨਿਸ਼ਾਨੀ ਕੀ ਹੈ, ਉਹ ਇੱਕ ਸ਼ੀਸ਼ੇ ਦੇ ਬਕਸੇ ਵਿੱਚ ਰੱਖਿਆ ਹੁੰਦਾ, ਉਹਨੂੰ ਉਹ ਆਪ ਹੱਥ ਨਹੀਂ ਪਾਉਂਦਾ। ਇਹਦਾ ਮਤਲਬ ਹੈ ਕਿ ਸੁਨਾਰ 'ਤੇ ਵਿਸ਼ਵਾਸ ਨਹੀਂ ਹੁੰਦਾ, ਹੱਥ ਲੱਗਿਆ ਲੱਗਿਆ ਅਤੇ ਝੂਠ ਹੋ ਗਿਆ, ਕਿਉਂਕਿ ਸੁਨਾਰ ਦਾ ਹੱਥ ਲੱਗੇਗਾ ਅਤੇ ਉਹ ਧੋਖਾ ਕਰ ਸਕਦਾ, ਠੂੰਗਾ ਮਾਰ ਸਕਦਾ। ਇਸ ਲਈ ਚੰਗੀ ਗੱਲ ਇਹ ਹੈ ਜਿਹਨੇ ਤੋਲਣਾ ਹੈ ਉਹ ਸੁਨਾਰ ਦੇ ਹੱਥ ਵਿੱਚ ਨਹੀਂ ਹੋਣਾ ਚਾਹੀਦਾ, ਜਿਹੜਾ ਵੀ ਕਿਸੇ ਦੀ ਮੁੱਠੀ ਵਿੱਚ ਹੋਵੇ ਉਹ ਕਦੀ ਧਰਮ ਨਹੀਂ ਹੁੰਦਾ। ਲਓ ਆ ਨਿਸ਼ਾਨੀ, ਜਿਹੜਾ ਕਿਸੇ ਦੀ ਮੁੱਠੀ ਵਿੱਚ ਹੈ, ਇਸੇ ਲਈ ਧਰਮ ਕੰਡਾ ਉਹਨੂੰ ਆਖਦੇ ਨੇ, ਸੁਨਾਰ ਦੀ ਦੁਕਾਨ 'ਤੇ ਜਿਹੜਾ ਸ਼ੀਸ਼ੇ ਦੇ ਬਕਸੇ ਵਿੱਚ ਪਿਆ ਹੈ ਉਹਨੂੰ ਸੁਨਾਰ ਹੱਥ ਨਹੀਂ ਲਾਉਂਦਾ, ਉਹਦਾ ਨਾਂ ਹੈ ਧਰਮ ਕੰਡਾ। ਅਤੇ ਮਨੁੱਖ ਦਾ ਕਿੱਡਾ ਵਿਸ਼ਵਾਸ ਹੈ ਧਰਮ 'ਤੇ ਵੀ ਉੱਥੋਂ ਤੁਲਾ ਕੇ ਛੋਟੀ ਜਿਹੀ ਪਰਚੀ ਲੈ ਆਵੇ ਅਤੇ ਆਖਦਾ ਵਿਸ਼ਵਾਸ ਦਾ ਮੈਂ ਧਰਮ ਕੰਡੇ 'ਤੇ ਤੁਲਾ ਕੇ ਲਿਆਇਆ, ਵਜ਼ਨ ਪੂਰਾ ਹੈ, ਹੁਣ ਪੂਰਾ ਹੈ, ਕਿਉਂਕਿ ਧਰਮ 'ਤੇ ਮਨੁੱਖ ਨੂੰ ਵਿਸ਼ਵਾਸ ਹੈ ਕਿ ਧਰਮ ਕਦੀ ਅਧੂਰਾ ਨਹੀਂ ਹੁੰਦਾ, ਧਰਮ ਕਦੀ ਝੂਠ ਨਹੀਂ ਬੋਲਦਾ, ਕਿਉਂਕਿ ਝੂਠ ਹਮੇਸ਼ਾ, ਝੂਠ ਦਾ ਸਹਾਰਾ ਕੋਈ ਲੈਂਦਾ ਹੈ ਤਾਂ ਕਿਸੇ ਲੋਭ ਲਾਲਚ ਨਹੀਂ ਲੈਂਦਾ। ਅਤੇ ਬਾਬਾ ਕਬੀਰ ਜੀ ਨੇ ਇਹੋ ਹੀ ਫੈਸਲਾ ਕਰ ਦਿੱਤਾ, ਕਹਿਣ ਲੱਗੇ ਜਹਾਂ ਲੋਭ ਤੈ ਕਾਲ ਹੈ, ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ, ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਨਿਮਰਤਾ, ਜਹਾਂ ਖਿਮਾ ਤੈ ਆਪ। ਜਿੱਥੇ ਨਿਮਰਤਾ ਹੈ, ਜਿੱਥੇ ਲੋਭ ਨਹੀਂ, ਜਿੱਥੇ ਝੂਠ ਨਹੀਂ, ਜਿੱਥੇ ਭਰਮ ਨਹੀਂ, ਉੱਥੇ ਰੱਬ ਦੀ ਪਰਖ ਹੁੰਦੀ ਹੈ। ਕਹਿਣ ਲੱਗੇ ਜਿਸ ਦਿਨ ਰੱਬ ਦੀ ਪਰਖ ਹੋ ਜਾਏਗੀ ਨਾ, ਅਤੇ ਮਨ ਨੂੰ ਹੋ ਜਾਏਗੀ ਰੱਬ ਦੀ ਪਰਖ, ਉਸ ਦਿਨ ਮਨ ਦਾ ਅਤੇ ਰੱਬ ਦਾ ਦੋਹਾਂ ਦਾ ਆਪਸੀ ਸੌਦਾ ਹੋ ਜਾਏਗਾ, ਵਪਾਰ ਹੋ ਜਾਏਗਾ। ਅਜੇ ਤੱਕ ਰੱਬ ਦਾ, ਪ੍ਰਭੂ ਦਾ, ਪ੍ਰਭੂ ਉਹ ਵੀ ਹੀਰਾ ਹੈ ਅਤੇ ਮਨ ਵੀ ਹੀਰਾ ਹੈ, ਮਨੁੱਖਾ ਜਨਮ ਵੀ ਹੀਰਾ ਹੈ, ਇਹਨਾਂ ਦਾ ਆਪਸੀ ਵਪਾਰ ਨਹੀਂ ਜੁੜ ਰਿਹਾ, ਨਾ ਉਹਦੀ ਪਛਾਣ ਹੈ, ਨਾ ਇਹਦੀ ਪਛਾਣ ਹੈ, ਨਾ ਉਹਦੀ ਪਰਖ ਹੋ ਰਹੀ ਹੈ, ਨਾ ਇਹਦੀ ਪਰਖ ਹੋ ਰਹੀ ਹੈ। ਜਿਸ ਦਿਨ ਪ੍ਰਭੂ ਦੀ ਵੀ ਪਰਖ ਹੋ ਗਈ ਕਿ ਉਹ ਮਹਾਨ ਹੈ, ਹਰ ਹੀਰਾ ਜਨ ਜੌਹਰੀ ਲੈ ਕੇ ਮੰਗੈ ਮੰਡ ਹੈ ਹਾਟ, ਜਬ ਹੀ ਪਾਈਏ ਪਾਰਖੂ ਤਬ ਹੀਰਨ ਕੀ ਸਾਟ। ਜਿਸ ਦਿਨ ਪਰਖ ਵਾਲੇ ਆ ਗਏ ਦੋਨੋਂ, ਮਨ ਵੀ ਪਰਖ ਵਾਲਾ ਹੋਇਆ, ਰੱਬ ਦੀ ਵੀ ਪ੍ਰਭੂ ਦੀ ਵੀ ਪਰਖ ਹੋ ਗਈ, ਫਿਰ ਇਹ ਸਾਟ ਕਹਿੰਦੇ ਨੇ ਲੈਣ ਦੇਣ, ਵੱਟਾ ਸੱਟਾ, ਵਪਾਰ। ਕਹਿਣ ਲੱਗੇ ਹੀਰਿਆਂ ਦਾ ਵਪਾਰ ਉਸੇ ਦਿਨ ਹੀ ਹੋਏਗਾ, ਉਸ ਦਿਨ ਮਨ ਦੀ ਵੈਲਿਊ ਵੀ ਪੈ ਜਾਏਗੀ, ਰੱਬ ਦੀ ਵੈਲਿਊ ਵੀ ਪੈ ਜਾਏਗੀ, ਪਰਖ ਹੋ ਜਾਏਗੀ। ਕਹਿਣ ਲੱਗੇ ਜਿੰਨੀ ਦੇਰ ਇਹ ਪਰਖ ਨਹੀਂ ਹੁੰਦੀ, ਬਾਬਾ ਕਬੀਰ ਕਹਿੰਦੇ ਨੇ ਮੈਂ ਤਾਂ ਦੇਖਿਆ ਇਸ ਸੰਸਾਰ ਵਿੱਚ ਹੀਰੇ ਸਰੀਰ ਜੀਵਨ ਵੀ ਅਤੇ ਹੀਰਾ ਰੱਬ ਵੀ, ਦੋਨੋਂ ਕੌਡੀਆਂ ਦੇ ਭਾਅ ਜਾ ਰਹੇ ਨੇ, ਦੋਹਾਂ ਦੀ ਵੈਲਿਊ ਘੁੜੀ ਰਹੀ, ਗੁਰੂ ਕਹਿੰਦੇ ਨੇ।
एक अचंभा देखिया कबीर, एक अचंभा देखिया हीरा हाट हीरा लाल अमोलक है भारी बिन गाहक मीका काका। असी समझने रब नू दस भी पंजा सौ दो सौ हजार बारह सौ दा पाठ करा के खरीद सकने इन्ना सस्ता नहीं। गुरु ने बाणी विच आख्या कहन लगे जे उस मालिक दी दमा नाल भाव रुपया नाल कोई व्यापार वट्टा सट्टा खरीद हो सकती होंगी दम के हो होती साथ। जे भला उनका व्यापार उनकी खरीददारी दमा नाल दम तो भाव दमड़ा रुपए दमा नाल कोई साट हो सकती उनका व्यापार हो सकता तो फिर कहने लगे रावण होते से रंग कन्ने जिन सिर दीने काट। सम्मन जो इस प्रेम की दम के हो होती साट। जे रब नाल प्रीत पौनी होवे ते दमा नाल रुपया नाल खरीद के प्रीत पाई जा सके कि इन्ना रुपया भेट करांगा ते रब मिल जाएगा। कहने लगे फिर रावण कोई गरीब नहीं सी उन्हें सिर कट कट के क्यों रखिया तेरे अगे तेनू दमड़िया नाल ही खरीद लेंदा। रावण होते सिरंक ने जिन सिर दीने काट। इसलिए भरिया वो तो मन दे कंचन स्यों पाइए नहीं तोल मन दे आराम लिया है मोल। मन दे क्यों क्योंकि मन भी हीरा है। हीरे जिन्नी वैल्यू किसी को है तो वह है मन। जे मन अर्पण करे तो वह मिलता है रुपया पैसों नाल नहीं। सतगुरु ने बाणी विच आखिया कहन लगी कंचन स्यों पाइए नहीं तोल मन दे आराम लिया है मोल। बराबर दी चीज ये तो दम के हो होती साट बराबर दी होवे तां है ना। सो मन भी हीरा है मनुख कोल है इंदा भी इनू पता नहीं इनू भी व्यर्थ गुआई जांदा है। प्रभु भी हीरा है उंदा भी इनू पता कोई नहीं उनू भी रुपया पैसिया नाल ही खरीद लेना चाहता है। कहन लगे मैनू अचंभ ये हो रहा है हैरानगी हो रही कैसा बाजार है। एक अचंभ देखिया देखियो हीरा हाट पटाया कह कैसा बाजार है
ਜਿੱਥੇ ਨਾ ਖਰੀਦਣ ਵਾਲੇ ਨੂੰ ਆਪਣੇ ਜੇਬ ਦੀ ਪਾਕਟ ਦੀ ਵੈਲਿਊ ਹੈ, ਪਤਾ ਵੀ ਮੇਰੇ ਕੋਲ ਕੀ ਹੈ, ਅਤੇ ਨਾ ਉਹਨੂੰ ਇਹ ਪਤਾ ਕਿ ਜਿਹਨੂੰ ਖਰੀਦਣ ਆਇਆ ਉਹਦੀ ਕੀ ਕੀਮਤ ਹੈ। ਇਹ ਦੁਖਾਂਤ ਹੈ, ਦੋਵਾਂ ਪਾਸੇ ਹੀ ਅਣਗਹਿਲੀ ਹੈ। ਔਰ ਇਹ ਦੋਨੋਂ ਚੀਜ਼ਾਂ ਕਿਉਂ ਨਹੀਂ? ਕਿਉਂਕਿ ਗਿਆਨ ਨਹੀਂ। ਮਨੁੱਖ ਗਿਆਨ ਵਿਹੂਣਾ ਹੋ ਕੇ ਜੀਵਨ ਗੁਜ਼ਾਰ ਰਿਹਾ ਹੈ, ਨਾ ਇਹਨੂੰ ਰੱਬ ਪ੍ਰਤੀ ਪ੍ਰਭੂ ਪ੍ਰਤੀ ਗਿਆਨ ਹੈ। ਇਸੇ ਲਈ ਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ, ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ ਮੀਕਾ ਕਾਖਾ, ਰਤਨ ਗਾਹਕ ਗੁਰ ਸਾਧੂ ਦੇਖਿਓ ਤਬ ਰਤਨ ਬਿਕਾਨੋ ਲੱਖ। ਉਹਦੀ ਕੱਖਾਂ ਦੀ ਕੀਮਤ ਪਾਉਣ ਵਾਲੇ ਨੂੰ ਪਤਾ ਹੋਵੇ ਇਹ ਲੱਖਾਂ ਦੀ ਕੀਮਤ ਦਾ ਹੈ, ਪਰ ਗੁਰੂ ਕੋਲੋਂ ਪੁੱਛ ਲੈ ਪਰਖ ਕੀ ਹੈ। ਰਤਨ ਗਾਹਕ ਗੁਰ ਸਾਧੂ ਦੇਖਿਓ ਤਬ ਰਤਨ ਬਿਕਾਨੋ ਲੱਖ। ਫਿਰ ਜਿਹਨੂੰ ਤੱਕ ਹੁਣ ਤੱਕ ਤੂੰ ਕਾਖਾ ਸਮਝਦਾ ਸੀ, ਫਿਰ ਲੱਖਾ ਸਮਝੇਗਾ। ਦੋਨੋਂ ਗੱਲਾਂ ਬਾਣੀ ਵਿੱਚ ਨੇ। ਗੁਰੂ ਕਹੇ ਬਖਸ਼ਿਸ਼ ਕਰੇ ਸਾਡੇ ਕੋਲ ਗਿਆਨ ਦੀ ਉਹ ਪਰਖ ਆ ਜਾਏ, ਅਸੀਂ ਆਪਣੇ ਜੀਵਨ ਨੂੰ ਵੀ ਪਰਖ ਸਮਝੀਏ ਸਕੀਏ ਅਸੀਂ ਕੀ ਕਿਉਂ ਹਾਂ। ਸੁਣੋ ਰੇ, ਤੂੰ ਕਵਨ ਕਹਾਂ ਤੇ ਆਇਆ ਹੋ, ਮੋਕੋ ਕੋ ਨਾ ਸਹਿ ਕਹਿ ਸਮਝਾਏ। ਕਹਿਣ ਲੱਗੇ ਮੇਰੀ ਮੁਸ਼ਕਿਲ ਹੈ, ਮੈਨੂੰ ਇਹ ਹੀ ਨਹੀਂ ਸਮਝ ਆ ਰਹੀ ਮੈਂ ਕੀ ਹਾਂ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕੌਣ ਫਲ ਪਾਇਆ, ਮੈਨੂੰ ਕਿਸ ਵਾਸਤੇ ਭੇਜਿਆ ਗਿਆ, ਮੈਂ ਕਿਉਂ ਕਿਉਂ ਬਣਾਇਆ ਗਿਆ, ਮੇਰੇ ਆਉਣ ਦਾ ਮਕਸਦ। ਮਨੁੱਖ ਆਪਣੇ ਪ੍ਰਤੀ ਵੀ ਕੁਛ ਨਹੀਂ ਜਾਣਦਾ ਅਤੇ ਬਣਾਉਣ ਵਾਲੇ ਪ੍ਰਤੀ ਵੀ ਕੁਛ ਨਹੀਂ ਜਾਣਦਾ। ਬਸ ਇਹੋ ਜਿਹਾ ਬਾਜ਼ਾਰ ਹੈ ਜਿੱਥੇ ਗਿਆਨ ਦੀ ਲੋੜ ਹੈ। ਖਿਵਾਂ ਦਾ ਜਾ ਚੁੱਕਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।